ਅੱਜ ਮੈਂ ਰਾਹੁਲ ਗਾਂਧੀ ਤੋਂ ਜਾਰੀ ਕੀਤਾ ਦੇਸ਼ ਵਾਸਤੇ ਕਾਂਗਰਸ ਦਾ ਚੋਣ ਮੈਨੀਫੈਸਟੋ ਸੁਣਿਆ ਅਤੇ ਮੈਨੂੰ ਸਮਝ ਨਹੀਂ ਆਈ ਕਿ ਮੈਂ ਹੱਸਾਂ ਕਿ ਮੈਂ ਰੋਵਾਂ। ਇੰਨਾ ਵੱਡਾ ਝੂਠ, ਮਤਲਬ 2016 'ਚ ਪੰਜਾਬ 'ਚ ਤਾਂ ਵੱਡੇ ਵੱਡੇ ਝੂਠ ਮਾਰੇ ਸੀ, ਹਰ ਕਿਸਾਨ ਦਾ, ਹਰ ਤਰ੍ਹਾਂ ਦਾ ਕਰਜ਼ਾ ਮਾਫ਼, ਘਰ ਘਰ 'ਚ ਨੌਕਰੀ, ਗੁਟਕਾ ਸਾਹਿਬ ਦੀ ਸਹੁੰ ਖਾ ਕੇ, ਦਸਮ ਪਿਤਾ ਦੀ ਚਰਨਾਂ ਦੀ ਸਹੁੰ ਖਾ ਕੇ ਨਸ਼ਾ ਖਤਮ ਕਰਨ ਦੀ 4 ਹਫ਼ਤਿਆਂ ਦੇ ਵਿੱਚ ਵਿੱਚ ਵਿਚਾਰੇ ਗਰੀਬਾਂ ਨੂੰ ਆਟੇ ਦਾਲ ਦੇ ਨਾਲ ਘਿਓ ਅਤੇ ਖੰਡ, ਪੈਨਸ਼ਨ ਦੁੱਗਣੀ ਕਰਨੀ, ਸ਼ਗਨ ਦੁੱਗਣੀ ਕਰਨੀ, ਅਜੇ ਤਾਂ ਉਹ ਪੂਰਾ ਉਹਨਾਂ ਦਾ ਥੱਦਾ ਚੋਣ ਮੈਨੀਫੈਸਟੋ ਦਾ ਅਸੀਂ ਜਦ ਪੜ੍ਹਦੇ ਹਾਂ ਅਤੇ ਕੋਈ ਹੱਸਦੇ ਨੇ ਅਤੇ ਕੋਈ ਰੋਂਦੇ ਨੇ। ਉਹ ਤਾਂ ਛੱਡੋ, ਹੁਣ ਦੇਸ਼ ਨੂੰ ਗੁੰਮਰਾਹ ਕਰਨ ਵਾਸਤੇ ਕਿੰਨਾ ਵੱਡਾ ਝੂਠ ਰਾਹੁਲ ਗਾਂਧੀ ਮਾਰੀ ਜਾ ਰਿਹਾ ਹੈ। ਕਹਿੰਦਾ ਮੈਂ 22 ਲੱਖ ਨੌਕਰੀਆਂ 6 ਮਹੀਨਿਆਂ ਦੇ ਅੰਦਰ ਦੇਵਾਂਗਾ, ਵੀ ਸਾਡੇ ਤਾਂ 2.5 ਸਾਲ ਹੋ ਗਏ, ਇੱਕ ਨੂੰ ਨਹੀਂ ਮਿਲੀ। ਫਿਰ ਕਹਿੰਦਾ ਕਿ ਮੈਂ ਹਰੇਕ ਗਰੀਬ ਦੇ ਖਾਤੇ ਵਿੱਚ 6,000 ਰੁਪਏ ਮਹੀਨਾ ਪਾਵਾਂਗਾ। ਇਹ ਨਹੀਂ ਦੱਸਦਾ ਕਿ ਪਹਿਲੀ ਗੱਲ ਤਾਂ 130 ਕਰੋੜ ਲੋਕਾਂ ਵਿੱਚੋਂ 2-4 ਕਰੋੜ ਲੋਕਾਂ ਨੂੰ ਹੀ ਦੇਵਾਂਗਾ, ਅਤੇ ਨਾ ਹੀ ਆਹ ਦੱਸਦਾ ਕਿ ਇੰਨੇ ਸਾਰੇ ਪੈਸਿਆਂ ਦਾ ਕੋਈ ਬਜਟ ਵਿੱਚ ਕੋਈ ਪੈਸਾ ਹੀ ਨਹੀਂ ਹੈਗਾ, ਤਾਂ ਆਊਗਾ ਕਿੱਥੋਂ। ਫਿਰ ਕਿਸਾਨਾਂ ਨੂੰ 4-6 ਹੋਰ ਝੂਠ ਮਾਰ ਗਿਆ ਕਿਸਾਨਾਂ ਨੂੰ ਲਾਰੇ ਲਾਉਣ ਵਾਸਤੇ। ਸੋ ਮੈਂ ਤਾਂ ਹੈਰਾਨ ਹਾਂ ਕਿੰਨੇ ਵੱਡੇ ਵੱਡੇ ਝੂਠੇ ਕਾਂਗਰਸ ਪਾਰਟੀ ਮਾਰ ਸਕਦੀ ਹੈ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ, ਪੰਜਾਬ ਦੀ ਜਨਤਾ, ਤੁਸੀਂ ਆਪ ਦੇ ਨਾਲ ਮਾਰੇ ਹੋਏ ਝੂਠਾਂ ਦੀ ਵਟਸਐਪ ਲਗਾ ਕੇ ਬਣਾ ਕੇ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਸਾਡੇ ਦੇਸ਼ ਦੇ ਭੈਣ ਭਰਾ ਜਿਹੜੀ ਇਹਨਾਂ ਦੀ ਗੱਲਾਂ ਤੋਂ ਗੁੰਮਰਾਹ ਹੋ ਕੇ ਇਹਨਾਂ ਦੇ ਲਾਲਚ ਵਿੱਚ ਆ ਜਾਣਗੇ, ਇਹਨਾਂ ਨੂੰ ਹਕੀਕਤ ਤੋਂ ਪਤਾ ਲੱਗੇ ਕਿ ਪੰਜਾਬ 'ਚ ਕੀ ਬੋਲਿਆ ਸੀ ਅਤੇ ਉੱਥੇ ਕੀ ਕੀਤਾ। ਜੇ ਇੱਕ ਵੀ ਚੀਜ਼ ਪੰਜਾਬ 'ਚ ਲਾਗੂ ਕਰਵਾ ਲੈਂਦਾ, ਹਾਂ ਸ਼ਾਇਦ ਆਪਾਂ ਸੋਚਦੇ ਕਿ ਦੇਸ਼ 'ਚ ਜਿਹੜਾ 4 ਝੂਠ ਮਾਰਿਆ ਇੱਕ ਕਰਵਾ ਲਊਗਾ। ਸੋ ਤੁਹਾਨੂੰ ਬੇਨਤੀ ਕਰਦੀ ਹਾਂ, ਇੱਥੇ ਮਾਰੇ ਹੋਏ ਝੂਠਾਂ ਦੀ ਵੱਧ ਤੋਂ ਵੱਧ ਤੁਸੀਂ ਵਟਸਐਪ ਬਣਾਓ ਅਤੇ ਦੇਸ਼ ਦੇ ਲੋਕਾਂ ਨਾਲ ਸ਼ੇਅਰ ਕਰੋ, ਤਾਂ ਕਿ ਪਤਾ ਲੱਗ ਜਾਏ। ਚੋਣ ਮੈਨੀਫੈਸਟੋ ਇੱਕ ਰੱਦੀ ਦਾ ਕਾਗਜ਼ ਹੁੰਦਾ ਹੈ ਕਾਂਗਰਸ ਪਾਰਟੀ ਵਾਸਤੇ, ਇਕੱਲੇ ਸੱਤਾ ਵਿੱਚ ਆ ਕੇ ਰਾਜ ਭਾਗ ਭੋਗ ਕੇ ਅਤੇ ਖਜ਼ਾਨੇ ਨੂੰ ਲੁੱਟ ਲੁੱਟ ਕੇ ਆਪਣੀ ਜੇਬਾਂ ਭਰਨ ਵਾਸਤੇ। ਹੋਰ ਇਹਨਾਂ ਦਾ ਕੋਈ ਮਕਸਦ ਨਹੀਂ ਹੁੰਦਾ। ਜੋ ਪੰਜਾਬ 'ਚ ਰਾਜਾ ਸਾਹਿਬ ਕਰ ਰਹੇ ਨੇ, ਲੁੱਟ ਕੇ ਜੇਬ ਭਰ ਰਹੇ ਨੇ, ਲੋਕਾਂ ਨੂੰ ਦੁਖੀ ਕਰ ਰਹੇ ਨੇ, ਆਹੀ ਰਾਹੁਲ ਗਾਂਧੀ ਨੇ 10 ਸਾਲ ਕੀਤਾ ਅਤੇ ਹੁਣ ਅਗਲੇ 5 ਸਾਲ ਕਰਨ ਦੀ ਤਿਆਰੀ ਕਰ ਰਿਹਾ। ਆਪਾਂ ਸੁਚੇਤ ਰਹੀਏ ਅਤੇ ਲੋਕਾਂ ਨੂੰ ਹਕੀਕਤ ਬਤਾਈਏ।